ਨਹੀਂ, ਤੁਸੀਂ ਇਹ ਦੱਸਿਆ ਸੀ ਜੀ ਹੁਣੇ, ਤਾਂ ਮੈਂ ਐਕਸਿਨ ਡਰੇਨੇਜ ਨਾਲ ਗੱਲ ਕੀਤੀ ਹੈ ਹੁਣੇ ਡਿਟੇਲ ਦੇ ਵਿੱਚ, ਅਤੇ ਐਂਡ ਹੀ ਹੈਜ਼ ਅਸ਼ੋਰਡ ਮੀ ਕਿ ਜਿਹੜਾ ਜੋ ਕੰਮ ਸ਼ੁਰੂ ਕੀਤਾ ਗਿਆ ਉਹ ਨਿਰਵਿਘਨ ਚਲਾਇਆ ਜਾਊਗਾ ਅਤੇ ਉਹਦੇ 'ਚ ਕਿਸੇ ਪ੍ਰਕਾਰ ਦੀ ਕੋਈ ਢਿੱਲ ਨਹੀਂ ਵਰਤੀ ਜਾਏਗੀ। ਸਰ ਕਾਰਨ ਕੀ ਹੋਇਆ ਵੀ ਇੱਦਾਂ ਜਾਣ ਦਾ ਕਾਰਨ ਕੀ ਹੈ? ਕਿਉਂਕਿ ਖਾਨਾ ਪੱਤੀ ਵਾਲੀ ਗੱਲ ਉਹਨਾਂ ਨੇ ਸੀਐਮ ਸਾਹਿਬ ਆਉਣ ਤੋਂ ਬਾਅਦ ਹੀ ਬੰਦ ਕੀਤਾ ਗਿਆ ਜੀ? ਨਹੀਂ, ਉਹਨਾਂ ਨੇ ਇਸ ਤਰ੍ਹਾਂ ਦਾ ਕੁਛ ਨਹੀਂ, ਉਹਨਾਂ ਨੇ ਹੁਣੇ ਮੈਂ ਗੱਲ ਕੀਤੀ, ਉਹ ਕਹਿੰਦੇ ਇਸ ਤਰ੍ਹਾਂ ਦਾ ਕੁਛ ਨਹੀਂ ਹੈ, ਅਤੇ ਉਹਨਾਂ ਨੇ ਅਸ਼ੋਰ ਕੀਤਾ ਕਿ ਨਿਰਵਿਘਨ ਕੰਮ ਚਲਾਉਣਗੇ ਅਤੇ ਟਾਈਮ ਬਾਉਂਡ ਮੈਨਰ ਦੇ ਨਾਲ ਉਹ ਆਪਣਾ ਜਿਵੇਂ ਸਰਕਾਰ ਦੀਆਂ ਹਦਾਇਤਾਂ ਨੇ, ਜਿਵੇਂ ਜਿਹੜਾ ਡਰੇਨੇਜ ਵਿਭਾਗ ਦੀਆਂ ਹਦਾਇਤਾਂ ਨੇ, ਜੋ ਉਹਨਾਂ ਨੇ ਆਪਣਾ ਟੈਂਡਰ ਅਪਰੂਵ ਕਰਾਇਆ ਉਹਦੇ ਮੁਤਾਬਕ ਟਾਈਮ ਬਾਉਂਡ ਮੈਨਰ ਦੇ ਵਿੱਚ ਉਹ ਸਾਰਾ ਕੰਮ ਫਿਨਿਸ਼ ਕਰਨਗੇ ਜੀ। ਸਰ ਘੱਗਰ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਹੁਣ ਕੰਮ ਚੱਲ ਰਿਹਾ ਹੈਗਾ? ਕਿਉਂਕਿ ਜਿਸ ਤਰ੍ਹਾਂ ਪਿਛਲੀ ਵਾਰ ਹੜ੍ਹ ਆਈ ਸੀ ਤਾਂ 40-50 ਹਜ਼ਾਰ ਏਕੜ ਦੀ ਖਰੀਦ ਜਿਹੜੀਆਂ ਫਸਲ ਤਬਾਹ ਹੋ ਗਈ, ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਪ੍ਰਬੰਧ? ਹਰ ਇੱਕ ਤਰ੍ਹਾਂ ਦੇ ਜਿਹੜੇ ਜੀ ਪ੍ਰੀਕੋਸ਼ਨਰੀ ਮੇਜਰ ਲਏ ਜਾ ਰਹੇ ਨੇ, ਜੋ ਡੀਸਿਲਟਿੰਗ ਹੈ ਅਤੇ ਜਾਂ ਇਸ ਬੰਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਹੈ ਮਸ਼ੀਨਰੀ ਨਾਲ, ਉਹ ਸ਼ੁਰੂ ਹੋ ਚੁੱਕਿਆ, ਅਤੇ ਜਿੰਨੇ ਜਿਹੜੇ ਪ੍ਰੀਕੋਸ਼ਨਰੀ ਮੇਜਰ ਦੇ ਤੌਰ 'ਤੇ ਐਮਟੀ ਬੈਗਸ ਜਿਹੜੇ ਭਰਨ ਦਾ ਕੰਮ ਸ਼ੁਰੂ ਹੋ ਚੁੱਕਿਆ, 30-35 ਹਜ਼ਾਰ ਬੈਗਸ ਭਰਿਆ ਜਾ ਚੁੱਕਿਆ, ਅਤੇ ਸਾਰੇ ਜਿੰਨੇ ਜਿੰਨੇ ਵੀ ਜੋ JCBs ਦੀਆਂ ਅਤੇ ਜੋ ਉਹਨਾਂ ਦੀਆਂ ਰਿਜ਼ਰਵ ਇਨ ਕੇਸ ਆਫ ਜਦੋਂ ਫਲੱਡ ਆ ਜਾਂਦੇ ਨੇ, ਜਿਸ ਜਿਸ ਚੀਜ਼ ਦੀ ਵੀ ਜ਼ਰੂਰਤ ਹੁੰਦੀ ਹੈ, ਜਾਲਾਂ ਦੀ ਜ਼ਰੂਰਤ ਹੁੰਦੀ ਹੈ, ਰੱਸਿਆਂ ਦੀ ਜ਼ਰੂਰਤ ਹੁੰਦੀ ਹੈ, ਜੋ ਜੋ ਮਟੀਰੀਅਲ ਖਾਲੀ ਬੈਗਸ ਦੀ ਜ਼ਰੂਰਤ ਹੁੰਦੀ ਹੈ, ਪੰਚਾਇਤਾਂ ਤੱਕ ਬੈਗ ਪਹੁੰਚਾਉਣ ਦੀ ਜ਼ਰੂਰਤ ਹੁੰਦੀ ਹੈ, ਉਹ ਸਾਰਾ ਕੁਛ ਕੀਤਾ ਜਾ ਰਿਹਾ ਜੀ ਡਰੇਨੇਜ ਵਿਭਾਗ ਵੱਲੋਂ ਨਾਲੋ ਨਾਲ, ਅਤੇ ਹਰ ਇੱਕ ਚੀਜ਼ ਟੇਕ ਕੇਅਰ ਕੀਤੀ ਜਾ ਰਹੀ ਹੈ। ਹੁਣ ਜੀ ਮਸ਼ੀਨਾਂ ਜੀ ਜਦੋਂ ਭਗਵੰਤ ਮਾਨ ਵੱਗ ਗਏ ਜੀ, ਮਸ਼ੀਨਾਂ ਜਦੋਂ ਤੁਰਨੀਆਂ ਸ਼ੁਰੂ ਹੋ ਗਈਆਂ ਜੀ, ਇਹ ਲੋਕ ਦਿਖਾਵਾ ਕਰਦੇ ਨੇ, ਥੋੜ੍ਹਾ ਜਿਹਾ ਚਿਰ ਕੰਮ ਕਰਦੇ ਨੇ, ਇਹਨਾਂ ਦਾ ਲੋਕ ਦਿਖਾਵਾ ਇਹ ਸਾਲ ਚੱਲਦਾ ਜੀ। ਕੀ ਲੱਗਦਾ ਤੁਹਾਨੂੰ ਇਸ ਇਲਾਕੇ ਨੂੰ ਹੜ੍ਹਾਂ ਤੋਂ ਕੋਈ ਸਰਕਾਰ ਰਾਹਤ ਦਵਾ ਸਕਦੀ ਹੈ? ਨਹੀਂ ਦਵਾ ਸਕਦੀ ਜੀ, ਇਸ ਤਰੀਕੇ ਨਾਲ ਨਹੀਂ ਦਵਾ ਸਕਦੀ ਜੀ, ਇਸ ਤਰੀਕੇ ਨਾਲ ਡੁਬੋਣ ਦਾ ਖਤਰਾ ਜੀ। ਪਰ ਸੀਐਮ ਸਾਹਿਬ ਕਹਿੰਦੇ ਨੇ ਅਸੀਂ ਬੜੀ ਜਲਦੀ ਕੰਮ ਸ਼ੁਰੂ ਕਰਤਾ, ਕੀ ਲੱਗਦਾ ਤੁਹਾਨੂੰ ਜਦ ਜੇ 10 ਜੁਲਾਈ ਨੂੰ ਤਾਂ ਪਿਛਲੀ ਵਾਰ ਹੜ੍ਹ ਆ ਚੁੱਕੇ ਸੀ? ਨਹੀਂ ਕਰਦੇ ਜੀ, ਮੁਸ਼ਕਲ ਆ, ਕਰ ਲਏ ਜਿੰਨੇ ਕੁ ਕਰਨੇ ਸੀ, ਇਹ ਤੋਂ ਵੱਧ ਨਹੀਂ ਹੁੰਦੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੰਸਾ ਸਿੰਘ ਹੈ ਜੀ, ਪਿੰਡ ਮਕੋੜ ਸਾਹਿਬ। ਹਾਂ, ਕੀ ਕਹਿਣਾ ਚਾਹੁੰਦੇ ਹੋ? ਅੱਜ ਬੜਾ ਮਸ਼ੀਨਾਂ ਇੱਥੇ ਕੰਮ ਚੱਲ ਰਿਹਾ ਸੀ, ਲੱਗ ਰਿਹਾ ਸੀ ਕਿ ਜਿਹੜੇ ਹੜ੍ਹਾਂ ਤੋਂ ਬਚਾਇਆ ਜਾਊਗਾ ਲੋਕਾਂ ਨੂੰ, ਕੀ ਲੱਗਦਾ ਤੁਹਾਨੂੰ? ਨਹੀਂ ਜੀ, ਕੁਝ ਨਹੀਂ ਹੋਣਾ, ਇਹ ਸਿਰਫ ਡਰਾਮਾ ਹੈ ਜੀ। ਮਸ਼ੀਨਾਂ ਕਿੰਨਾ ਕੁ ਚਿਰ ਚੱਲੀਆਂ ਇੱਥੇ? ਬਸ ਇੱਥੇ 2 ਘੰਟੇ ਜੀ, ਮੰਨ ਕੇ ਚੱਲੋ ਸੀ ਐਮ ਸਾਹਿਬ ਦੇ ਆਉਣ ਤੋਂ ਪਹਿਲਾਂ ਜੀ। ਉਸ ਤੋਂ ਬਾਅਦ ਤਾਂ ਚਲੇ ਗਈਆਂ ਜੀ, ਤੁਸੀਂ ਦੇਖ ਲਓ ਇੱਥੇ ਕਿਹੜੀਆਂ ਮਸ਼ੀਨਾਂ, ਕਿਹੜੇ ਸਫਾਈਆਂ ਜੀ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਦੀਪ ਸਿੰਘ ਜੀ, ਸਾਬਕਾ ਚੇਅਰਮੈਨ ਹਾਂ ਮੈਂ, ਵੈਸੇ ਗੁਰਦੀਪ ਮਕੋੜ ਸਾਹਿਬ ਵੀ ਕਹਿ ਦਿੰਦੇ ਨੇ ਪਿੰਡ ਮਕੋੜ ਸਾਹਿਬ ਆਉਣ ਦੇ ਨਾਤੇ, ਔਰ ਇਸ ਵੇਲੇ ਮੌਜੂਦਾ ਪ੍ਰਧਾਨ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦਾ ਵੀ ਹਾਂ ਜੀ। ਗੁਰਦੀਪ ਜੀ, ਤੁਹਾਡੇ ਪਿੱਛੇ ਜਿਹੜੀ ਘੱਗਰ ਦੀ ਤਸਵੀਰ ਸਾਹਮਣੇ ਸਾਨੂੰ ਦਿਸ ਰਹੀ ਹੈ, ਹਾਂਜੀ, ਉਹਦੇ ਪਿੱਛੇ ਸਵੇਰ ਦਾ ਬੜਾ ਇੱਥੇ ਚੱਲ ਰਿਹਾ ਸੀ, ਮਸ਼ੀਨਰੀ ਚੱਲ ਰਹੀ ਸੀ, ਪਰ ਸੀਐਮ ਸਪੀਚ ਕਰਕੇ ਚੱਲੇ ਹੀ ਨੇ ਅਤੇ ਨਾਲ ਦੀ ਨਾਲ ਮਸ਼ੀਨਾਂ ਲੋਡ ਹੋ ਗਈਆਂ, ਕੀ ਕਹਿਣਾ ਚਾਹੁੰਦੇ? ਮੈਂ ਬਾਈ ਜੀ ਪਹਿਲੇ ਵੀ ਗੱਲ ਕਹੀ ਸੀ, ਦੇਖੋ ਮੈਨੂੰ ਬਹੁਤ ਚਾਅ ਹੋਇਆ ਸੀ, ਬਹੁਤ ਉਤਸ਼ਾਹ ਹੋਇਆ ਸੀ, ਅਸੀਂ ਪਾਲਟੀ ਬਾਈ ਤੋਂ ਉੱਪਰ ਉੱਠ ਕੇ ਵੀ ਅਸੀਂ ਕੱਲ੍ਹ ਦੇ ਪੂਰਾ ਬੱਬਾ ਭਰੋਏ ਫਿਰਦੇ ਸੀ, ਚਲੋ ਗੁਰੂ ਘਰ 'ਚ ਲੰਗਰ ਦਾ ਵੀ ਪ੍ਰਬੰਧ ਕੀਤਾ, ਅਫਸਰਾਂ ਦਾ ਠਹਿਰਨ ਦਾ ਵੀ ਕੀਤਾ, ਵੀ ਸਾਡਾ ਸਾਹ ਨਹੀਂ, ਚਲੋ ਡਿਊਟੀ ਬਣਦੀ, ਉਹ ਤਾਂ ਇਨਸਾਨੀ ਤੌਰ 'ਤੇ ਸਾਡਾ ਲੰਗਰ ਤਾਂ ਗੁਰੂ ਘਰ 'ਚ ਚੱਲਦੇ ਹੀ ਨੇ, ਪਰ ਸਾਨੂੰ ਚਾਹ ਬਹੁਤ ਸੀ ਵੀ ਸੀਐਮ ਸਾਹਿਬ ਆਏ ਨੂੰ ਵੀ ਕੁਛ ਕਰਕੇ ਜਾਣਗੇ, ਪਰ ਜਦੋਂ ਮੈਨੂੰ ਐਂ ਲੱਗ ਰਿਹਾ ਵੀ ਪਹਿਲੀ ਗੱਲ ਤਾਂ ਇੰਨਾ ਲੇਟ ਹੋ ਗਿਆ ਪਹਿਲਾਂ ਵਾਂਗੂ ਹੀ, ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਵੀ ਉਹ ਬੂਹੇ ਆਏ ਜੰਨ ਦੇ ਵਿੰਨੋ ਕੁੜੀ ਦੇ ਕੰਨ, ਅਤੇ ਹੁਣ ਜੇ ਆ ਕੇ ਦੇਖਿਆ ਹੈ, ਆ ਤੁਸੀਂ ਦੇਖ ਲਈਏ ਮਸ਼ੀਨਾਂ ਖੜੀਆਂ ਸੀ, ਜੇ ਵੀ ਸੀ ਕਿੱਧਰ ਕਿੱਧਰ ਗਈਆਂ, ਹੈ ਕੁਛ ਨਹੀਂ ਬਾਈ ਜੀ, ਕੁਛ ਨਹੀਂ ਹੋਣਾ ਹੈ, ਇਹ ਬਹੁਤ ਵੱਡੀਆਂ ਸਮੱਸਿਆਵਾਂ ਨੇ, ਇਹ ਬੋਲ ਕੇ ਚਲੇ ਜਾਂਦੇ ਨੇ, ਸਾਡਾ ਪਿਛਲੀ ਵਾਰੀ ਵੀ ਲੈ ਕੇ ਖਨੌਰੀ ਤੋਂ ਹੋਤੀਪੁਰ ਲਵਾਂਗਾ ਤੋਂ ਲੈ ਕੇ ਬੰਗਾ ਬਸਹਿਰੇ ਤੋਂ ਹੁੰਦਾ ਹੋਇਆ ਸਾਡਾ ਕਾਲੀਏ ਤੱਕ 60,000
ਟੋਟਲ ਰਕਬੇ ਦੇ ਵਿੱਚੋਂ ਸਾਡੀ 50,000 ਏਕੜ ਡੁੱਬ ਗਈ ਸੀ। ਕੁਛ ਨਹੀਂ ਬਣਿਆ, ਨਾ ਸਾਨੂੰ ਉਹਦੀ ਮੁਆਵਜ਼ਾ ਮਿਲਿਆ। ਉਹਦੀ ਰੋਕਰ ਲਾ ਕੇ ਪਿੱਛੋਂ ਜਿਹੜਾ ਸੈਂਟਰ ਵੱਲੋਂ ਆਉਂਦਾ ਆਪਣਾ 7,000 ਰੁਪਏ ਜਾਂ 1,800 ਰੁਪਈਆ, ਉਹ ਮਿਲਿਆ, ਉਹ ਬਹੁਤ ਮੁਸ਼ਕਿਲ ਮਿਲਿਆ। ਅਤੇ ਕੱਗਰ ਦਾ ਤਾਂ ਹੋਣਾ ਹੀ ਕੁਛ ਨਹੀਂ, ਉਹਨਾਂ ਕੁਛ ਨਹੀਂ ਹੋਣਾ, ਜੋ ਮਰਜ਼ੀ ਕਹੀ ਜਾਣ। ਮੈਂ ਹਾਂ, ਜੇ ਕਰਕੇ ਦਿਖਾਉਂਦੇ ਨੇ ਕੋਈ, ਜੋ ਬੋਲ ਕੇ ਗਏ ਸੀ ਐਮ ਸਾਹਿਬ, ਅਸੀਂ ਵਾਅਦਾ ਕਹਿੰਦੇ ਹਾਂ ਅੱਜ ਜੋ ਅਸੀਂ ਮਰਜ਼ੀ ਬੋਲ ਰਹੇ ਹਾਂ ਇਹ ਪੂਰਾ ਕਰਕੇ ਦਿਖਾਉਣ। ਅਸੀਂ ਖੁਦ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਵਿੱਧ ਪੰਚਾਇਤ ਵਿੱਧ ਇਲਾਕਾ 'ਚ ਜਾ ਕੇ ਮਾਨਸਾ ਦਾ ਸਨਮਾਨਿਤ ਕਰਾਂਗੇ। ਪਰ ਸਾਨੂੰ ਉਮੀਦ ਨਹੀਂ ਹੈ, ਜਿਵੇਂ ਅੱਜ ਕੱਲ੍ਹ ਦੀਆਂ ਮਸ਼ੀਨਾਂ ਖੜੀਆਂ ਸੀ, ਆ ਹੁਣ ਮਸ਼ੀਨ ਹੀ ਨਹੀਂ, ਸਾਰੀਆਂ ਭੱਜ ਗਈਆਂ, ਦੱਸੋ ਕੀ ਹੋਊਗਾ? ਸਾਨੂੰ ਉਮੀਦ ਨਹੀਂ ਹੈ ਕੋਈ। ਸਾਨੂੰ ਤਾਂ ਸਾਹਿਬ ਤਾਂ ਕਹਿੰਦੇ ਨੇ ਵੀ ਅਸੀਂ ਬੜੀ ਜਲਦੀ ਕੰਮ ਸ਼ੁਰੂ ਕੀਤਾ। ਕਹਿਣ ਦੀ ਗੱਲ ਹੋ ਰਹੀ ਜੀ, ਕਹਿਣ ਔਰ ਕਥਨੀ ਦਾ ਫਰਕ ਹੁੰਦਾ ਨਾ ਜੀ, ਗਲਤ ਅਮਲ 'ਚ ਲਿਆਉਣ ਤਾਂ ਆਈਏ, ਕਈ ਤਾਂ ਜਾਂਦੇ ਨੇ ਗਲਤ। ਮੈਨੂੰ ਤਾਂ ਐਂ ਲੱਗਦਾ ਵੀ ਜਿਵੇਂ ਪੱਟਿਆ ਪਹਾੜ 'ਤੇ ਚੂਹੇ ਨਿਕਲਿਆ, ਚੂਹੇ ਵਾਲੀ ਗੱਲ, ਮੈਨੂੰ ਤਾਂ ਕੁਛ ਲੱਗਦਾ ਨਹੀਂ ਜੀ, ਮੈਨੂੰ ਨਹੀਂ ਕੋਈ ਉਮੀਦ ਹੈਗੀ ਕਰਨਗੇ ਕੁਛ, ਮਤਲਬ ਸਿਰਫ ਡਰਾਮੇਬਾਜ਼ੀ ਹੀ ਨੇ, ਫੋਕੇ ਨਾਰੇ ਨੇ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜੇ CM ਸਾਹਿਬ ਨੂੰ ਚਿੰਤਾ ਇਸ ਗੱਲ ਦੀ ਵੀ ਘੱਗਰ ਦੀ ਮਾਰ ਤੋਂ ਅਸੀਂ ਲੋਕਾਂ ਨੂੰ ਬਚਾਉਣਾ ਤਾਂ ਉਹ ਆਏ ਨੇ। ਅੱਜ ਤੱਕ ਇਤਿਹਾਸ 'ਚ ਮੈਨੂੰ ਦੱਸ ਦਿਓ ਕੋਈ ਮੁੱਖ ਮੰਤਰੀ ਬਰਸਾਤਾਂ ਤੋਂ ਪਹਿਲਾਂ, ਕੰਮ ਸ਼ੁਰੂ ਹੋਣ ਤੋਂ ਪਹਿਲਾਂ ਆਇਆ ਹੋਵੇ। ਇਤਿਹਾਸ ਇਸ ਗੱਲ ਦਾ ਰਿਹਾ ਗਵਾਹ ਕਿ ਜਦੋਂ ਮਾਰ ਪੈਂਦੀ ਹੈ ਉਦੋਂ ਮੁੱਖ ਮੰਤਰੀ ਗੇੜਾ ਮਾਰਨ ਆਉਂਦੇ ਨੇ, ਹਵਾਈ ਜਹਾਜ਼ 'ਤੇ ਗੇੜਾ ਮਾਰ ਕੇ ਚਲਾ ਜਾਂਦਾ। ਇਹ ਇਸ ਗੱਲ ਦੀ ਉਹਨਾਂ ਦੀ ਨਿੱਜੀ ਦਿਲਚਸਪੀ ਦਾ ਪਤਾ ਲੱਗਦਾ ਹੈ ਕਿ ਘੱਗਰ ਦੇ ਪ੍ਰਤੀ ਕਿੰਨਾ ਗੰਭੀਰ ਨੇ। ਔਰ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਅੱਜ ਤੱਕ ਵਿਧਾਨ ਸਭਾ ਦੇ ਵਿੱਚ ਜਿਹੜੀ 16ਵੀਂ ਵਿਧਾਨ ਸਭਾ ਚੱਲ ਰਹੀ ਹੈ ਆਪਣਾ ਪੰਜਾਬ ਦੀ, ਇੱਕ ਕਮੇਟੀ ਬਣੀ ਹੈ ਵਿਧਾਨ ਸਭਾ ਦੇ ਅੰਦਰ, ਉਹ ਘੱਗਰ 'ਤੇ ਬਣੀ ਹੈ, ਇਕੱਲੀ ਕਮੇਟੀ ਬਣੀ ਆ ਜਿਹੜੀ ਸਾਰੇ ਘੱਗਰ ਦੀ ਸਥਿਤੀ ਦਾ ਜਾਇਜ਼ਾ ਲੈਂਦੀ ਆ। ਮੰਥਲੀ ਮੀਟਿੰਗਾਂ ਹੁੰਦੀਆਂ ਨੇ, ਇਹਦੇ 'ਚ ਗੰਦਾ ਪਾਣੀ ਨਾ ਪਵੇ, ਫੈਕਟਰੀਆਂ ਦਾ ਪਾਣੀ ਨਾ ਪਵੇ, ਬਿਨਾਂ ਟ੍ਰੀਟ ਕੀਤੇ ਪਾਣੀ ਨਾ ਪਵੇ। ਸੋ ਇਸ ਗੱਲ ਦੀ ਗੰਭੀਰਤਾ ਦਾ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ। ਬਾਕੀ ਜਿਹੜੀ ਤੁਸੀਂ ਮਸ਼ੀਨਰੀ ਦੀ ਗੱਲ ਕਰਦੇ ਹਾਂ, ਹੁਣ ਦੇਖੋ ਚੋਣ ਜ਼ਾਬਤਾ ਲੱਗਿਆ ਹੋਇਆ ਸੀ, ਚੋਣ ਜ਼ਾਬਤਾ ਇਮੀਡੀਏਟ ਹਟਣ ਤੋਂ ਬਾਅਦ ਮੈਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਦੀ ਵੀ ਪ੍ਰਸ਼ੰਸਾ ਕਰਦਾ ਕਿ ਬਹੁਤ ਤੇਜ਼ੀ ਦੇ ਨਾਲ ਟੈਂਡਰ ਲਾਇਆ, ਟੈਂਡਰ ਮਨਜ਼ੂਰ ਹੋ ਕੇ 4 ਦਿਨਾਂ ਤੋਂ ਉੱਥੇ ਕੰਮ ਚੱਲ ਰਿਹਾ। ਜਿਹੜੀ ਪੋਕ ਲਾਈਨ 80 ਨੰਬਰ ਪੋਕ ਲਾਈਨ ਉੱਥੇ ਲਾਈ ਸੀ ਕੱਲ੍ਹ, 80 ਨੰਬਰ ਪੋਕ ਲਾਈਨ ਨੇ ਕੰਮ ਨਹੀਂ ਕੀਤਾ। ਹੁਣ ਉੱਥੇ 180 ਜਾਂ 210 ਨੰਬਰ ਦੀ ਪੋਕ ਲਾਈਨ ਹੈ ਜਿਹੜੀ, ਉਹ ਲਾਈ ਜਾਊਗੀ। ਉਹ ਦੇਖ ਰਹੇ ਨੇ ਵੀ ਕਿੱਥੇ ਮਿਲ ਰਹੀ ਹੈ, ਉਹਦੇ ਲਈ ਟਰਾਈ ਹੋ ਰਹੀ ਹੈ। ਉਹ ਪੋਕ ਲਾਈਨ ਇੱਥੇ ਕੰਮ ਕਰੂਗੀ, ਦੂਜੀ ਪੋਕ ਲਾਈਨ ਕੰਮ ਨਹੀਂ ਕਰ ਰਹੀ ਸੀ, ਇਸ ਕਰਕੇ ਪੋਕ ਲਾਈਨ ਚਲੀ ਗਈ। ਬਾਕੀ ਜਿੱਥੇ ਤੱਕ JCB ਦਾ ਤਾਂ ਲੱਗੇ, ਖਨੌਰੀ ਤੋਂ ਕੰਮ ਸ਼ੁਰੂ ਹੋਇਆ ਹੋਇਆ, ਖਨੌਰੀ ਕੰਮ ਚੱਲ ਰਿਹਾ, ਮੋਨਕ ਕੰਮ ਚੱਲ ਰਿਹਾ, ਕਿਉਂਕਿ ਦੋਵਾਂ ਪਾਸਿਆਂ ਤੋਂ ਸ਼ੁਰੂ ਕੀਤਾ ਹੋਇਆ। ਖਨੌਰੀ ਤੋਂ ਲੈ ਕੇ ਅਸੀਂ ਕੜੈਲ ਤੱਕ ਕਰਨਾ, ਮੋਨਕ ਵਾਲੇ ਪਾਸੇ ਕੰਮ ਚੱਲਿਆ ਹੋਇਆ। ਸੋ ਇੱਥੇ ਵੀ ਸਾਰਾ ਜਿਹੜਾ ਕੰਮ ਹੈ ਬੜੀ ਤੇਜ਼ੀ ਦੇ ਨਾਲ ਚੱਲਣਾ। ਔਰ ਅਸੀਂ ਕਿਉਂਕਿ ਮਕਰੋੜ ਤੋਂ ਕੜੈਲ ਤੱਕ ਅਸੀਂ ਨਹੀਂ ਇਹਨੂੰ ਚੌੜਾ ਕਰ ਦਿੰਦੇ ਘੱਗਰ ਨੂੰ, ਪਰ ਹਰਿਆਣਾ ਸਰਕਾਰ ਉਹ ਝਟਿੱਕਾ ਬਣੀ ਹੋਈ ਹੈ। ਸੋ ਇਸ ਕਰਕੇ ਸਾਡੇ ਲਵੇ ਬਦਲ ਕੀ ਸੀ, ਸਾਡੇ ਲਵੇ ਬਦਲ ਇਹੀ ਸੀ ਕਿ ਜੋ ਸਾਡਾ 18 ਕਿਲੋਮੀਟਰ ਦਾ ਏਰੀਆ ਮਕਰੋੜ ਤੋਂ ਕੜੈਲ ਤੱਕ ਦਾ, ਅਸੀਂ ਆਪਣੇ ਬੰਨ ਮਜ਼ਬੂਤ ਕਰੀਏ। ਸੋ ਅਸੀਂ ਜਿਹੜੇ ਇਹ ਬੰਨ 10 ਫੁੱਟ ਚੌੜੇ ਸੀ, ਅਸੀਂ ਸਾਰਾ ਉੱਥੇ ਤੱਕ 15 ਫੁੱਟ ਇਹਨੂੰ ਚੌੜਾ ਕਰ ਰਹੇ ਹਾਂ। ਉੱਪਰ ਟਰੈਕਟਰ ਟਰਾਲੀਆਂ ਜਦੋਂ ਟ੍ਰੈਫਿਕ ਲੰਘੇਗੀ ਤਾਂ ਉਹ ਦਬਾਅ ਦੇ ਨਾਲ ਬੰਨ ਹੈ ਜਿਹੜੇ ਮਜ਼ਬੂਤ ਵੀ ਹੋ ਜਾਣਗੇ। ਅਤੇ ਜਦੋਂ 15 ਫੁੱਟ ਦਾ ਬੰਨ ਹੋ ਗਿਆ, ਜਿਹੜੇ ਜਿੱਥੇ ਪਹਿਲਾਂ ਬ੍ਰੀਚਾਂ ਹੋਈਆਂ ਨੇ
ਉਚੇਚੇ ਤੌਰ 'ਤੇ ਉੱਥੇ ਧਿਆਨ ਦਿੱਤਾ ਜਾ ਰਿਹਾ। ਸੋ ਅਸੀਂ ਖੁਦ ਨਿਗਰਾਨੀ ਕਰ ਰਹੇ ਹਾਂ, ਮੁੱਖ ਮੰਤਰੀ ਸਾਹਿਬ ਕੱਲ੍ਹ ਆ ਕੇ ਕਹਿ ਕੇ ਗਏ ਨੇ, ਅਤੇ ਮੈਂ ਜਦੋਂ ਪਿੱਛੇ ਬ੍ਰੀਚਾਂ ਹੋਈਆਂ ਸੀ, ਇੰਨਾ ਹੜ੍ਹ ਆਇਆ ਸੀ, ਮੈਂ 20 ਦਿਨ ਉੱਥੇ ਹੀ ਰਿਹਾ ਸੀ, ਅਤੇ ਹੁਣ ਵੀ ਨਿੱਜੀ ਤੌਰ 'ਤੇ ਜਾ ਕੇ ਇਸ ਦੀ ਸਾਰੇ ਦੀ ਜੋ ਆਪਣਾ ਚੱਲ ਰਿਹਾ ਇਹ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ, ਸਾਫ਼ ਸਫਾਈ ਦਾ, ਇਹ ਅਸੀਂ ਬਹੁਤ ਛੇਤੀ ਇਸ ਬੰਨ੍ਹਾਂ ਨੂੰ ਅਸੀਂ ਮਜ਼ਬੂਤ ਕਰ ਦਿਆਂਗੇ। ਜਿਹੜੀ ਲੋਕਾਂ 'ਚ ਚਰਚਾ, ਦੇਖੋ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਵੀ ਲੋਕ ਇਸ ਗੱਲ ਨੂੰ ਨਹੀਂ ਲੈ ਕੇ ਚੱਲਦੇ। ਅੱਜ ਤੱਕ ਦਾ ਇਹ ਵੀ ਰਿਕਾਰਡ ਆ ਕਿ ਜਦ ਵੀ ਘੱਗਰ ਦੀ 747 ਫੁੱਟ 'ਤੇ ਘੱਗਰ ਪਹੁੰਚਿਆ, ਹਮੇਸ਼ਾ ਬ੍ਰੀਚ ਹੋਈ ਹੈ। ਪਿਛਲੇ ਸਾਲ 748.4 ਫੁੱਟ 'ਤੇ ਜਦੋਂ ਘੱਗਰ ਪਹੁੰਚਿਆ ਉਦੋਂ ਬ੍ਰੀਚ ਹੋਈ, ਫਿਰ ਉਦੋਂ ਬਾਅਦ ਤਾਂ ਪਾਣੀ ਇੰਨਾ ਆ ਗਿਆ ਜਿਹੜਾ ਪਿਛਲੇ 30 ਸਾਲਾਂ 'ਚ ਕਦੀ ਨਹੀਂ ਆਇਆ ਸੀ। 23 ਕਰੋੜ ਦਾ ਮੁਆਵਜ਼ਾ ਦਿੱਤਾ ਅਸੀਂ, ਅਤੇ 53 ਬੰਨ ਸੀ ਜਿਹੜੇ, 53 ਬੰਨ 20 ਦਿਨਾਂ ਦੇ ਵਿੱਚ ਬੰਨ ਕੇ ਦਿੱਤੇ। ਉਸ ਗੱਲ ਦਾ ਤਾਂ ਕੋਈ ਜ਼ਿਕਰ ਹੈ ਨਹੀਂ, ਇੱਕ ਨੈਗੇਟਿਵਿਟੀ ਦੀ ਗੱਲ ਹੈ। ਲੋਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ, ਇਸ ਗੱਲ ਦੀ ਗੰਭੀਰਤਾ ਨੂੰ ਸੋਚਣਾ ਚਾਹੀਦਾ। ਮੁੱਖ ਮੰਤਰੀ ਆਪ ਆ ਕੇ ਗਏ ਨੇ ਅਤੇ ਕਿਸੇ ਗੱਲ ਲਈ ਆਏ ਨੇ ਉਹ? ਸੋ ਇਹ ਸਭ ਮੈਂ ਸਮਝਦਾ ਵਿਰੋਧੀ ਤਰ੍ਹਾਂ ਇਹ ਗੱਲਾਂ ਫੈਲਾ ਰਹੀਆਂ ਨੇ, ਇਹ ਉਹਨਾਂ ਨੂੰ ਨਹੀਂ ਚਾਹੀਦਾ। ਅਸੀਂ ਬਿਲਕੁਲ ਜੇ ਕੰਮ ਕਰਨਾ ਤਾਂ ਹੀ ਸ਼ੁਰੂਆਤ ਕੀਤੀ ਹੈ, ਤਾਂ ਹੀ ਨਿੱਜੀ ਤੌਰ 'ਤੇ ਦਿਲਚਸਪੀ ਲੈ ਰਹੇ ਹਾਂ। ਅਤੇ ਘੱਗਰ ਦੇ ਪਿੱਛੇ ਅੱਜ ਤੱਕ ਤੁਸੀਂ ਵਿਧਾਨ ਸਭਾ ਦਾ ਇਤਿਹਾਸ ਕੱਢ ਲਓ ਸਾਰਾ, ਜਿੰਨੀ ਵਿਧਾਨ ਸਭਾ ਦੇ ਵਿੱਚ ਚਰਚਾ ਘੱਗਰ ਦੇ ਲਈ ਇਸ ਵਾਰੀ ਹੋਈ ਹੈ, ਮੈਂ ਵਿਧਾਨ ਸਭਾ 'ਚ 4 ਵਾਰੀ ਬੋਲਿਆ ਘੱਗਰ ਬਾਰੇ। ਜਿੰਨਾ ਵੀ ਇੱਥੇ ਗੰਦਾ ਪਾਣੀ ਆਉਂਦਾ ਸੀ ਉਹ ਅਸੀਂ ਬੰਦ ਕੀਤਾ, ਪੋਲਿਊਸ਼ਨ ਬੋਰਡ ਵਾਲਿਆਂ ਨਾਲ ਸਾਡੀ ਮੀਟਿੰਗ ਹੋਈ ਹੈ, ਵਿਧਾਨ ਸਭਾ ਦੀ ਕਮੇਟੀ ਨੂੰ ਮੈਂ ਇੱਥੇ ਲੈ ਕੇ ਆਇਆ, ਸਾਰੇ ਘੱਗਰ ਨੂੰ ਉੱਥੇ ਇਹਨਾਂ ਨੂੰ ਵਿਜਿਟ ਕਰਾਈ ਹੈ। ਸੋ ਉਹਨਾਂ ਗੱਲਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ। ਹੁਣ ਪਤਾ ਨਹੀਂ ਹੈ ਕਿੱਥੋਂ ਮਸ਼ੀਨਾਂ ਲੈ ਗਏ ਜੀ, ਹੋਰ ਲੈ ਗਏ, ਮਸ਼ੀਨਾਂ ਦਾ ਕੰਮ ਮਸ਼ੀਨਾਂ ਨੇ ਕਰਨਾ, ਮਸ਼ੀਨਾਂ ਲੱਗਣਗੀਆਂ ਸਾਰੀਆਂ, ਲੱਗ ਰਹੀਆਂ ਨੇ ਉਹ, ਜੇ ਅੱਜ 2 ਘੰਟੇ ਲੇਟ ਹੋ ਗਏ ਕਿੱਥੇ ਕੀ ਗੱਲ ਆਵੇ ਇਹਦੇ 'ਚ। ਸੋ ਇਹ ਕੋਈ ਇਹ ਗਲਤ ਗੱਲਾਂ ਨੇ, ਅਸੀਂ ਇਸ ਗੱਲ ਨੂੰ ਜਿੱਥੇ ਤੱਕ ਸਾਡੀ ਕੋਸ਼ਿਸ਼ ਹੋਏਗੀ, ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ, ਬਾਕੀ ਤਾਂ ਕੁਦਰਤ 'ਤੇ ਡਿਪੈਂਡ ਕਰਦਾ, ਭਗਵਾਨ ਨੇ ਕੀ ਕਰਨਾ ਉਹ ਕੋਈ ਨਹੀਂ ਜਾਣਦਾ, ਪਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਰਹੇਗੀ, ਹਰ ਤਰੀਕੇ ਨਾਲ ਅਸੀਂ ਇਸ ਬੰਨ੍ਹ ਨੂੰ ਮਜ਼ਬੂਤ ਕਰਕੇ ਦੇਵਾਂਗੇ।